السلام علیکم میرے پیارے عزیز دوستوں بزرگوں اور جہائیوں کی حالت سنا ٹھیک ہو ماشاء اللہ جہاں ٹھیک ہے جسو تو یہ سنتے اِسی جران ہوں دسنے ہاں کہ دو مہینہ 2017 22 تاریخ جمعرات نا دن تو شیر بہادر جی نے جران خیرات 40 کیتا ہے موسم خان تے تارو تے حکم خان تے ہوں تسان اس نا شیر بہادر جی نے 40 دسنے ہاں اس نے ماشاء اللہ کتنا بندہ شرکت کی تھی ہے تے کتنے جران بارہ اس نے لگی ہیں تے کتنے جران رنگین کتنا رنگین ہو گیا سسٹم تے تسان ہوں اِسی دسنے ہاں تے اگے ویکھو ان شاء اللہ ڈال یہ ڈال لیں یہ ڈال لیں جی السلام علیکم آج ان کو انٹرویو دے تھے جلان 40 میں کس نال کمران ہے سارے آسان یہ امروتا نا بوٹا را دے جی ماشاء اللہ دادے نے جڑا 40 کیتا نے ہاں جی ہاں جی تے بس چنگی گل ہے سونی گل ہے تے عوام روٹی دے انہاں کیوں کھل دے ہوتے دیکھنے پاں اپنی قربان منجے رات چاڑ کرتے سا اور بچے تیار ہوا جلا
ਬਾਜੀ ਖਾ ਕੇ ਦੀਆ ਮਨਸੋ ਕੀ ਹਾਲ ਹੈ? ਠੀਕ ਹੈ। ਮਾਨ ਲਾਲ ਕੀ ਹਾਲ ਹੈ? ਠੀਕ ਹੈ। ਹੁਣ ਮਾਸ਼ਾਅੱਲਾ ਸ਼ੇਰ ਬਹਾਦੁਰ ਜੀ ਨੇ ਚੱਲੀ ਸੀ ਤੇ ਆਇਆ ਵੇਖ ਨੇ ਯਾਰਾ ਸ਼ੇਰ ਬਹਾਦੁਰ ਜੀ ਵੀ ਗੁਜ਼ਾਰ ਕੇ ਆਖਿਆ ਜਾ ਸਾਰਾ ਗੁਜ਼ਾਰਨਾ ਕੀ ਪਤਾ ਨੇ ਉਹ ਮਜਮੇ ਇੰਤਜ਼ਾਮੀਆ ਪੰਜਾਬ ਇਕਸਾਨ ਲਾਲਾ ਪੰਜਾਬੀ ਡਰ ਜਿੱਧਰ ਕਿਧਰ ਹੈ ਪਹੁੰਚੇ ਬਹੁਤ ਸੁਭਾਨ ਲੱਗੇ ਹਾਂ ਕੋਈ ਕਾਰੀ ਦਾ ਕੰਮ ਤੇ ਕਰ ਛੋੜਨਾ ਕਬੂਲ ਕਰਿਆ ਇਹ ਯਾਦਗਾਰ ਕਿਉਂ ਦਾਸ ਕਰਦੇ ਆ ਮਾਸ਼ਾਅੱਲਾ ਚਾਲੀਸਵਾਂ ਮੁਬਾਰਕ ਸ਼ੇਰ ਬਹਾਦੁਰ ਜੀ ਸਾਡੇ ਜੀ ਸ਼ੇਰ ਬਹਾਦੁਰ ਨਾ ਜੀ ਸਾਡੇ ਪੜੋਸੀ ਨਾ ਬਜ਼ੁਰਗ ਨਾ ਚਾਲੀਸਵਾਂ ਰੋਟੀ ਪਲੋਕ ਖਾਣੇ ਨੇ ਸਾਰੇ ਗਿਰਾਨੀ ਖੈਰਾਤ ਹੈ ਅਤੇ ਅੱਲਾ ਪਾਕ ਕਬੂਲ ਕਰੇ ਨੇ ਚਾਵਲ ਪਕਾਏ ਨੇ ਦੋ ਮਜੀਆ ਕੋਈਆਂ ਨੇ ਰਸਤੇ ਵਾਲੇ ਚਾਵਲ ਹੁਣ ਦੁਨੀਆਂ ਆਈ ਹੈ ਦਿਖਾਈਏ ਨਹੀਂ ਅੱਗੇ ਲੋਕ ਪੈਰਾਂ ਨੇ ਭਾਰ ਵੇਖ ਖਾਂਦੇ ਨੇ ਹੁਣ ਤਬਦੀਲੀ ਆ ਗਈ ਹੁਣ ਤਲੇ ਤਰਪਾਲਾਂ ਉਡਾਈਆਂ ਮੈਂ ਘਰ ਹੀ ਕਿੰਨੀ ਇੱਜ਼ਤ ਕਰੋ ਪਹਿਲੀ ਵਾਰੀ ਜ਼ਿਆਦਾ ਹੀ ਕੰਮ ਹੋਇਆ ਜਾ ਅਤੇ ਸਾਰੇ ਗਿਰਾਏ ਨਹੀਂ ਰੋਟੀ ਹੋਈ ਹੈ ਅਤੇ ਤਰਪਾਲਾਂ ਦੇ ਬਹਿ ਕੇ ਪਖਾਣੇ ਨੇ ਅੱਗੇ ਪੈਰਾਂ ਨੇ ਭਾਰ ਬਹਿ ਕੇ ਖਾਣੇ ਹੁੰਦੇ ਲੋਕਾਂ ਨੇ ਪੈਰ ਸੋ ਰਹੇ ਬੁੱਢੇ ਬੰਦੇ ਕੋਈ ਗੋਡੇ ਨੇ ਮਰੀਜ਼ ਉਹ ਨਹੀਂ ਬਹਿ ਸਕਣੇ ਪੈਰਾਂ ਨੇ ਭਾਰ ਅਤੇ ਇੱਜ਼ਤ ਨਾਲ ਲੱਗਦੇ ਆ ਰੋਟੀ ਖਿਲਾਉਣੀ ਚਾਹੀਦੀ ਸਾਡਾ ਜਣਾ ਦੁਨੀਆਂ ਖਾਈਏ ਨਹੀਂ ਅਲਫਲਾਨ ਵੇਚ ਤੇ ਉੱਥੇ ਜੜਾਂ ਨੇ ਆਵਾਮ ਨੇ ਖਿਦਮਤ ਕਰਨਾ ਔਰ ਸਾਰੇ ਸੰਗਤ ਸਾਥੀਆਂ ਦੁਆ ਸਲਾਮ ਕਬੂਲ ਹੋਵੇ ਮੈਂ ਵੀ ਥੋੜੀ ਜਿਹੀ ਬਣਾਈ ਹੈ ਫਿਲਮ ਮੇਰੀ ਲਕੋੜੀਆ ਸੇ ਅੱਲਾ ਹਾਫਿਜ਼ ਸਹੀ ਇਹ ਮਾਸ਼ਾਅੱਲਾ ਇਹ ਬਹੁਤ ਸਵਾਬੇ ਨਾਲ ਕੰਮ ਪਾ ਕਰਨਾ ਪਾਣੀ ਪਾ ਦੇਣਾ ਅਤੇ ਸੁਣਾ ਠੀਕ ਹੈ
ਗਰਮੀਆਂ ਦਾ ਨਾ ਮੌਸਮ ਆਉਣ ਆ ਗਿਆ ਬਾਰਾਂ ਦਾ ਬੰਦੇ ਪਾਉਂਦੇ ਜੀ ਆਵਾਮ ਮਾਸ਼ਾ ਅੱਲਾ ਜਨਤਾ ਪਾਈ ਮਾਸ਼ਾ ਅੱਲਾ ਜਲਾਨ ਬਹੁ ਰੌਣਕਾਂ ਬਣੀਆਂ ਤੇ ਪੂਰੇ ਗ੍ਰਾਂ ਦੀ ਰੋਟੀ ਹੈ ਸ਼ਰਬਹਾਦਰ ਜੀ ਨੇ ਚਾਲੀ ਸਮਾਨ ਜੀ ਕਬੂਲ ਕਰੇ ਫਾਰੂਕ ਲਾਲਾ ਇਹ ਖਰਾ ਕੰਮ ਮਾਸ਼ਾ ਅੱਲਾ ਯਾਰ ਜੀ ਪਾਣੀ ਭਦੇ ਨਾ ਬਹੁ ਸਾਬੇ ਨਾਲ ਕੰਮ ਹੈ ਤੇ ਸਾਰੇ ਪਾਣੀ ਵੀ ਭਦੇ ਨੇ ਉਹ ਪੈਵਾ ਜਿਸ ਨੇ ਭਰਨਾ ਵਾ ਤਾਂ ਪਾਣੀ ਮੇਰੀ ਗੱਲ ਸੁਣ ਯਾਰ ਤੂੰ ਕੰਮ ਕਿਉਂ ਨਹੀਂ ਕਰਨਾ ਯਾਰ ਖਾਲੀ ਚੱਲੋ ਮੈਂ ਭਰਨਾ ਉਹ ਤਾਂ ਹੀ ਯਾਰ ਮੈਂ ਆ ਸੋ ਦੇ ਗੱਲ ਹੈ ਜੀ ਗੱਲ ਕੀ ਵੀ ਤੇ ਬਹੁਤ ਦੱਸਾਈ ਹੈ ਯਾਦਗਾਰ ਹੈ ਨਾਲੇ ਗੱਲ ਹੈ ਜੀ ਉਹਨੇ ਮੇਰੀ ਇਸ ਉਹ ਕਰਨ ਨਾ ਆਨ ਮੂਵੀ ਵਾਲਾ ਤੂੰ ਜਰਾ ਨਹੀਂ ਨਹੀਂ ਤੂੰ ਨਹੀਂ ਸੋਣੀ ਬਣਾਣੀ ਨਹੀਂ ਆਣੀ ਸਹੀ ਤੇ ਤੂੰ ਫਿਲਮਾਂ ਭਰਨਾ ਨਹੀਂ ਨਹੀਂ ਬਿਸਤੀ ਨਹੀਂ ਗੱਲ ਬਾਤ ਮੈਂ ਕੱਟਣਾ ਸੀ ਮਾਸ਼ਾ ਅੱਲਾ ਸਾਡੀ ਤਬਲੀਗੀ ਜਮਾਤ ਹੈ ਤਬਲੀਗ ਭਗਤ ਜੀ ਖਾ ਰਹੇ ਹਾਂ ਯਾਰ ਮੈਂ ਤਾਂ ਸ਼ੇਵਾ ਕੀਤਾ ਸੀ ਤਾਂ ਨਹੀਂ 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 ਯਾਰ ਸ਼ੇਵਾ ਕੀਤਾ ਸੀ ਨਹੀਂ ਖਾਦੇ ਇਸ ਕਾਗਜ਼ੀ ਜਿਹੜਾ ਨਾ ਖਾਧੇ ਨਾ ਸਹੀ ਢਿੱਡ ਭਰਾਂ ਦਾ ਲੰਗਰ ਦਸਤਿਆਬ ਹੈ ਲੰਗਰ ਆਮ ਹੈ ਨਹੀਂ ਕਿਉਂ ਨਹੀਂ ਖਾਧੇ ਨੀ ਮਜਮੇ ਤਾਂ ਮੈਂ ਆਣ ਕੇ ਦੇਣਾ ਰਹਾਂ ਤਰਾਏ ਮਜਮੇ ਮਾਸ਼ਾ ਅੱਲਾ ਹਾਂ ਤੇ ਵਹਿ ਹੁੰਦਾ ਖਾਈ ਵੇ ਨਾ ਕਦੇ ਕੋਈ ਨਹੀਂ ਵੇਖਾਈ ਬੰਦੇ ਸੱਤ ਛੱਕੇ ਤਾਂ ਇਹ ਦੋ ਤਰ੍ਹਾਂ ਗੇਂਦਾਂ ਹੋਰ ਹੋਣੀਆਂ ਤਾਂ ਉਹ ਵੀ ਲੱਗ ਪੈਂਦੇ ਆਪਾਂ ਗੇਂਦਾਂ ਮੌਕਾ ਹੀ ਅਲਾ ਇੱਕ ਵਾਈਟ ਹੋ ਗਈ ਆਈ ਵਾਈਟ ਨਹੀਂ ਨੋ ਵਾਈਟ ਤੇ ਕਿਹੜੇ ਚਗੋ ਨਾ ਨਹੀਂ ਨਹੀਂ ਕੀ ਹੋ ਗਿਆ ਅਤੁਰ ਸ਼ਾਹ ਇਹ ਬਾਬੂ ਬੋਂ ਜ਼ਲੀਲ ਇਨਸਾਨ ਹੈ ਯਾਰ ਕ੍ਰਿਕਟ ਨਹੀਂ ਛੋੜੀ ਬਾਤ ਵੀ ਇਸ ਕ੍ਰਿਕਟ ਹੀ ਛੋੜਨਾ ਨਹੀਂ ਸਾਥ ਜਨਮਾ ਤੱਕ ਵੀ ਇਹ ਨੋ ਬਾਬੂ ਅੰਦਾਜ਼ਾ ਲਾ ਲਓ ਇਸ ਬੰਦੇ ਨਹੀਂ ਇਹ ਹੁਣ ਜਿਹੜਾ ਨਾ ਤਾਕਤ ਪਾਂਦੋਰ ਪਾਣਾ ਨਾ ਤੇ ਇਹ ਛੱਕਾ ਨਾ ਬਦਲਾ ਦੋ ਮਜਨੇ ਜ਼ਿਆਦਾ ਖਾਵੇ ਨਾ ਇਹ ਛੱਕਾ ਨਾ ਬਦਲਾ ਕੰਸੀ ਉਸ ਕੋਲ ਯਾਰ ਇਨਸ਼ਾਅੱਲਾ ਇਹ ਨਾਲ ਬੋਟੀਆਂ ਸਾਡਾ ਇਹ ਨਾਲ ਸਾਡਾ ਕੋਚ ਬੈਠਿਆ ਆਇਆ ਸੀ ਇੰਜਰੀ ਹੋ ਗਈ ਹੋਇਆ ਹੱਥੇ ਹੱਥੇ ਦੇ ਗਿਆ ਮੈਂ ਲਾ ਇਹ ਨਹੀਂ ਆਫੋ ਦੇ ਖਰਾ ਬੰਦਾ ਆ ਯਾਰ ਨਹੀਂ ਗੱਲ ਹੈ ਜੀ ਬੋਟੀਆਂ ਜੜਾ ਨਾ ਕਸੀਮ ਅਗੇ ਪਾ ਨਾ ਤਾਂ ਦਾ ਤਾਕਤ ਪੈਦਾ ਹੋਵੇ ਤੇ ਉਹ ਬਦਲਾ ਜਾ ਕੇ ਨੇ ਉਸ ਕੋਲ ਕਿਸ ਕੋਲੋਂ ਉਸ ਕੋਲ ਜੇ ਛੱਕੇ ਮਾਰ ਪਹਿਲੀ ਕਹਿੰਦਾ ਤੇ ਆਊਟ ਕਰਦੀ ਹਾਂ ਕਿਉਂ ਨਾ ਇਹ ਵੇਖ ਇਹ ਤੇ ਮੂਹੀ ਵਾਲੇ ਤੇ ਵੀ ਲਾ ਦਿੱਤੇ ਇਸ ਗੋਸ਼ਟ ਵਿੱਚ ਬਹੁ ਤਾਕਤ ਇਹ ਨਾ ਮੂਹ ਵੇਖ ਖਾਲੀ ਇਹ ਵੀ ਬਈਆ ਬਈਆ ਮਾਰ ਰਹੀ ਹੈ ਜੀ ਆ ਮਲੰਗੋ ਰਾਮ ਰਾਮ ਜੀ ਫੇਰੋ ਲਾਂਗੋ ਖਾਓ ਮਲੰਗੋ
ਕਾਹ ਜੇਰਾ ਹਲਾ ਖਰੀ ਇਹ ਨੋ ਖਾਓ ਨਾ ਨਾ ਕਿਉਂ ਖਾਓ ਨਾ ਬਾਬਾ ਜੀ ਪਾਣੀ ਪਾ ਆਸਾਨ ਕੀ ਹਾਲ ਹੈ ਠੀਕ ਹੈ ਦੌਲਤ ਖੈਰ ਹੈ ਠੀਕ ਠਾਕ ਜੀ ਇਹ ਲੈਣ ਬਣੀ ਚਲਾਨ ਭਾਣਾ ਆਣੋ ਨਾ ਯਾਰ ਕਿਨਾਂ ਦੇ ਨਾ ਸਾਹਿਬ ਕੀ ਹਾਲ ਹੈ ਬਾਬੂ ਖੈਰ ਵਾਸੇ ਖੈਰ ਇੱਕ ਸੋ ਨੇ ਜਿਹੜਾ ਬਾਬੂ ਮੂੰਹ ਚ ਮਾਸ਼ਾ ਅੱਲਾ ਕੀ ਨਾ ਲੈ ਗਈ ਉਹ ਵਦਮਾ ਨਹੀਂ ਮੈਂ ਵਦ ਜਨਾਨ ਬਿਜ਼ੀ ਹਾਂ ਚਲੋ ਜੀ ਨਾਜ਼ਰੀਨ ਸਾਹਮਣੇ ਹੁਣ ਇਜਾਜ਼ਤ ਦਿਓ ਅਤੇ ਖੁਦਾ ਹਾਫਿਜ਼ ਹੁਣ ਜਿਹੜਾ ਨਾ ਬੰਦੇ ਆਵਾਮ ਬੱਬੋਂ ਵੱਡੀਆਂ ਹੁਣ ਅਸਾਂ ਤੁਸੀਂ ਦਸਤੂੜਾ ਸਾਰਿਆਂ ਕੋਲ ਇੰਟਰਵਿਊ ਵੀ ਕਹਿਣ ਕੇ ਦਸਤੂੜਾ ਅਤੇ ਸੁਣਾ ਛੁੜਾ ਅਤੇ ਮਾਸ਼ਾ ਅੱਲਾ ਯਾਦਗਾਰ ਹੋ ਗਈ ਕੋਈ ਬੰਦਾ ਹੋਇਆ ਇੱਥੇ ਦੁਨੀਆਂ ਨੂੰ ਤਾਂ ਚੱਲ ਵੀ ਮੈਂ ਨਾ ਦਵਾਂ ਗਿਆ ਨਾ ਬੰਦਾ ਹੁੰਦਾ ਇਸ ਵੀਡੀਓ ਨੇ ਵਿੱਚ ਆਏ ਅਤੇ ਨਾਲੇ ਜੀ ਹੋਰ ਫਿਲਹਾਲ ਨਹੀਂ ਪਾ ਸਕਦੇ ਹਾਂ ਅਸੀਂ ਬੈਂਕ ਵੀ ਥੋੜ੍ਹੀ ਹੈ ਨਾਲੇ ਜਿਹੜਾ ਬੰਦੇ ਇਤਰਾਜ਼ ਵੀ ਕਰ ਦਿੰਦੇ ਹੋ ਜਾਣਾ ਅਤੇ ਮਾਂ ਕੋਈ ਚਲੋ ਛੋੜੋ ਜਿਹੜਾ ਜਿਹੜਾ ਦੂਆ ਪਿਕਚਰ ਵਿੱਚ ਫਿਲਮਾਂ ਨਹੀਂ ਆਉਣਾ ਚਾਹੁੰਦਾ ਤਾਂ ਤੁਸੀਂ ਆਉਣਾ ਹੀ ਨਹੀਂ ਚਾਹੀਦਾ ਛੋੜੋ ਪਰ ਅਤੇ ਇਸ ਵਿੱਚ ਤੂੰ ਜਿਹੜਾ ਨਾ ਅਸਾਂ ਦੇ ਦੋ ਤਿਆਰੀ ਵਿੱਚ ਖੁਦਾ ਹਾਂ।